ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਘਰ ਦਾ ਘੇਰਾਵ ਕਰਨ ਦੀ ਜਿਹੜੀ ਗੱਲ ਕੀਤੀ ਗਈ ਸੀ ਅਤੇ ਅੱਜ ਇੱਥੇ ਪਹੁੰਚ ਚੁੱਕੇ ਨੇ ਜਿੰਨੇ ਵੀ ਜਿਹੜੇ ਕਿਸਾਨ ਲੀਡਰ ਨੇ ਉਹ ਅੱਜ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਕਿਉਂਕਿ ਮੰਡੀਆਂ 'ਚ ਜਿਹੜੀ ਲਿਫਟਿੰਗ ਨਹੀਂ ਹੋ ਰਹੀ ਜਾਂ ਫਿਰ DAP ਦਾ ਜਿਹੜਾ ਮੁੱਦਾ ਉਸ ਨੂੰ ਲੈ ਕੇ ਅੱਜ ਲਗਾਤਾਰ ਇਹਨਾਂ ਵੱਲੋਂ ਜਿਹੜਾ ਅੱਜ ਜਿਹੜੇ ਵੱਡੇ ਲੀਡਰਸ ਨੇ ਰਾਜੇਵਾਲ ਲੱਖੋਵਾਲ ਸਮੇਤ ਹੋਰ ਵੀ ਜਿਹੜੇ ਲੀਡਰਸ ਨੇ ਉਹ ਇੱਥੇ ਪਹੁੰਚੇ ਨੇ ਰੁਲਦੂ ਸਿੰਘ ਮਾਨਸਾ ਵੀ ਇੱਥੇ ਪਹੁੰਚੇ ਹੋਏ ਨੇ ਹੋਰ ਵੀ ਜਿਹੜੇ ਇਹਨਾਂ ਦੇ ਲੀਡਰਸ ਨੇ ਉਹ ਇਹਨਾਂ ਨੇ ਪਹੁੰਚਿਆ ਕਿ ਸਾਫ਼ ਤੌਰ 'ਤੇ ਕਹਿਣਾ ਹੈ ਕਿ ਜਿਸ ਤਰ੍ਹਾਂ ਲਗਾਤਾਰ ਕਿਸਾਨ ਜਿਹੜੀ ਫਸਲਾਂ ਨੇ ਉਹ ਉਹਨਾਂ ਦਾ ਨੁਕਸਾਨ ਹੋ ਰਿਹਾ ਕਿਸੇ ਵੀ ਤਰ੍ਹਾਂ ਦਾ ਜਿਹੜੇ ਅਰੇਂਜਮੈਂਟਸ ਹੈ ਉਹ ਉਹਨਾਂ ਵੱਲੋਂ ਨਹੀਂ ਕੀਤੇ ਗਏ ਨੇ ਜਿਸ ਨੂੰ ਲੈ ਕੇ ਕਾਫ਼ੀ ਦਿੱਕਤਾਂ ਜਿਹੜੀ ਆ ਉਹ ਪੇਸ਼ ਆ ਰਹੀਆਂ ਰੁਲਦੂ ਸਿੰਘ ਮਾਨਸਾ ਜੀ ਵੀ ਸਾਡੇ ਨਾਲ ਨੇ ਮਾਸਾ ਸਾਹਿਬ ਅੱਜ ਤੁਸੀਂ ਪਹੁੰਚੇ ਹੋ ਤੁਹਾਡੀ ਲੀਡਰਸ਼ਿਪ ਇੱਥੇ ਪਹੁੰਚੀ ਹੋਈ ਹੈ ਕਿਸ ਤਰ੍ਹਾਂ ਦੀ ਦਿੱਕਤ ਆ ਜਿਹੜੀ ਕਿਸਾਨਾਂ ਨੂੰ ਆ ਦਿੱਕਤ ਇਕੱਲੇ ਕਿਸਾਨਾਂ ਨੂੰ ਵੀ ਦਿੱਕਤ ਆੜ੍ਹਤੀਆਂ ਨੂੰ ਵੀ ਹੈ ਦਿੱਕਤ ਮਜ਼ਦੂਰਾਂ ਨੂੰ ਵੀ ਹੈ ਦਿੱਕਤ ਸੈਲਰ ਮਾਲਕਾਂ ਨੂੰ ਵੀ ਅਤੇ ਦਿੱਕਤ ਕਿਸਾਨਾਂ ਨੂੰ ਵੀ ਹੈ ਪਹਿਲੇ ਨੰਬਰ ਤਾਂ ਮੈਂ ਕਹਿਣਾ ਚਾਹੁੰਦਾ ਵੀ ਜੋ ਸਾਡੀ ਜਿਨਸ ਦਾ ਰੇਟ ਵੱਧਦਾ ਹੈ 100 ਰੁਪਇਆ ਵੱਧੇ ਤਾਂ 2.5 ਰੁਪਏ ਆੜ੍ਹਤੀ ਵਧਣੇ ਚਾਹੀਦੇ ਨੇ ਅਤੇ ਉਹਨੂੰ ਮੇਰਾ ਖਿਆਲ ਆਉਂਦਾ ਘੱਟੋ ਘੱਟ 4 ਸਾਲ ਉਹਨਾਂ ਰੇਟਿੰਗ ਵਧਾਇਆ ਜਾ ਰਿਹਾ ਉਹਨੂੰ 46 ਰੁਪਏ ਦਿੱਤੇ ਜਾ ਰਹੇ ਅਤੇ ਬਣਦੇ 58 ਰੁਪਏ ਉਹਨਾਂ ਦੇ ਠੀਕ ਹੈ ਨਾ ਗੱਲ ਉਹਨਾਂ ਨਾਲ ਇੱਕ ਵੱਡਾ ਧੋਖਾ ਬੇਈਮਾਨੀ ਉਹ ਨਹੀਂ ਹੋਣੀ ਚਾਹੀਦੀ ਅਸੀਂ ਕਹਿੰਦੇ ਜੇ ਸਾਡਾ ਰੇਟ ਵਧਾ 2.5 ਰੁਪਏ ਉਹਨਾਂ ਵਧਣ ਦੂਸਰਾ ਸੈਲਰਾਂ ਝੋਨਾ ਚੱਕਿਆ ਨਹੀਂ ਗਿਆ ਉਹ 6 ਕਿਲੋ ਕੁਆਂਟਲ ਮਗਰ ਘੱਟ ਗਿਆ ਜੇ ਹੁਣ ਉਹਨਾਂ ਨੂੰ ਘਾਟਾ ਭਰਨਾ ਪੈ ਗਿਆ ਸਾਰੇ ਸੈਲਰ ਉੱਜੜ ਜਾਣਗੇ ਠੀਕ ਹੈ ਨਾ ਗੱਲ ਅਤੇ ਹਜੇ ਤੱਕ ਸਾਡੀਆਂ ਮੰਡੀਆਂ 'ਚ ਖਰੀਦ ਸ਼ੁਰੂ ਨਹੀਂ ਕਰੀ ਕਿਸਾਨ ਫਸਿਆ ਹੋਇਆ DAP ਦਾ ਕੋਈ ਇੰਤਜ਼ਾਮ ਨਹੀਂ ਉਹ ਹਜਿਆ ਹੋਇਆ ਉਲਟਿਆ ਜੇ ਕੋਈ ਜਵਾਨ ਖੋਲਦਾ ਉਹਨੂੰ ਫੜ ਕੇ ਜੇਲ੍ਹ 'ਚ ਬੰਦ ਗਿਆ ਜਿਵੇਂ ਮਾਲਵਿੰਦਰ ਮਾਲੀ ਨੂੰ ਜੇਲ੍ਹ 'ਚ ਕਰਤਾ ਜੋ ਕਿ ਨੁਕਤਾਚੀਨ ਨਹੀਂ ਕਰਦਾ ਸੀ ਵੀ ਸਰਕਾਰ ਆਹ ਨਹੀਂ ਕਰਦੀ ਸਰਕਾਰ ਨਹੀਂ ਕਰਦੀ ਮੈਂ ਤਾਂ ਅਸੀਂ ਕਹਿੰਦੇ ਵੀ ਅੱਜ ਉਹ ਗੱਲ ਬਿਠਾਵਾਂਗੇ ਮਾਲਵਿੰਦਰ ਮਾਲੀ ਦੀ ਗੱਲ ਮੈਂ ਖੁਦ ਆਪ ਉਠਾਊਂਗਾ ਇਹ ਕਈ ਚੀਜ਼ਾਂ ਨੇ ਜਿੱਦਾਂ ਰੁਲਦੂ ਸਿੰਘ ਮਾਨਸਾ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਰਾਜੇਵਾਲ ਜੀ ਵੀ ਸਾਡੇ ਨਾਲ ਨੇ ਰਾਜੇਵਾਲ ਜੀ ਨਾਲ ਵੀ ਗੱਲਬਾਤ ਕਰ ਲੈਂਦੇ ਰਾਜੇਵਾਲ ਜੀ ਜਿੱਦਾਂ ਕਿਸਾਨਾਂ ਦੀ ਲੈ ਕੇ ਅੱਜ ਜਿਹੜੀ ਇਸ਼ੂ ਤੁਸੀਂ ਪਹੁੰਚੇ ਹੋਏ ਨੇ ਪੂਰੀ ਲੀਡਰਸ਼ਿਪ ਇੱਥੇ ਪਹੁੰਚੀ ਹੋਈ ਨੇ ਮੇਨ ਕੀ ਡਿਮਾਂਡਸ ਨੇ ਅੱਜ ਮੁੱਖ ਤੌਰ ਤੇ ਅਸੀਂ 2 ਚੀਜ਼ਾਂ ਦੀ ਮੰਗ ਲੈ ਕੇ ਆਏ ਮੁੱਖ ਮੰਤਰੀ ਕੋਲ ਕਿਉਂਕਿ ਹਰ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਂਦੀ ਹੈ ਅੱਜ 7 ਹੋ ਗਈ ਹਾਲੇ ਕਿਤੇ ਕੋਈ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸੁਰਕੀ ਜਿਹੜਾ ਕੰਮ ਸਰਕਾਰ ਨੂੰ ਅਗਸਤ ਔਰ ਸਤੰਬਰ ਵਿੱਚ ਕਰਨਾ ਚਾਹੀਦਾ ਹੈ ਆੜ੍ਹਤੀਆਂ ਨਾਲ ਲੇਬਰ ਨਾਲ ਸ਼ੈਲਰਾਂ ਵਾਲੇ ਨਾਲ ਔਰ ਫਿਰ ਉਹ ਤੋਂ ਬਾਅਦ ਦਾਅਵੇ ਕਰਦੇ ਹੁੰਦੇ ਨੇ ਵੀ ਹਾਂ ਅਸੀਂ ਮੁਕੰਮਲ ਕਰ ਲਏ ਪ੍ਰਬੰਧ ਇਸ ਵਾਰੀ ਪੋਕੇ ਦਾਅਵੇ ਨੇ ਕੋਈ ਪ੍ਰਬੰਧ ਨਹੀਂ ਹੋਏ ਕਿਤੇ ਕੋਈ ਖਰੀਦ ਨਹੀਂ ਹੋਈ ਮੰਡੀਆਂ ਭਰੀਆਂ ਪਈਆਂ ਔਰ ਮੌਸਮ ਰੋਜ਼ ਪਰੇਸ਼ਾਨ ਕਰਦਾ ਕਿਸਾਨਾਂ ਨੂੰ ਤੇ ਅਸੀਂ ਇਹੀ ਪੁੱਛਣ ਆਏ ਹਾਂ ਮੀਟਿੰਗ ਸਾਨੂੰ ਇਹਨੇ ਨਹੀਂ ਦਿੱਤੀ ਅਸੀਂ ਆ ਕੇ ਹੁਣ ਮੰਗ ਕਰਾਂਗੇ ਵੀ ਸਾਨੂੰ ਮਿਲ ਔਰ ਸਾਨੂੰ ਮਿਲ ਕੇ ਦੱਸੋ ਸਾਨੂੰ ਵੀ ਝੋਨੇ ਦੀ ਖਰੀਦ ਦਾ ਕੀ ਕਰ ਰਹੇ ਹੋ ਔਰ ਜਿਹੜੀ ਅਗਲੀ ਫਸਲ ਬੀਜਣੀ ਹੈ ਉਹਦੇ ਲਈ ਵੀ ਸਰਕਾਰ ਨੇ DAP ਦਾ ਪ੍ਰਬੰਧ ਨਹੀਂ ਕੀਤਾ ਆਲੂ ਲਾਉਣ ਵਾਲੇ ਕੋਈ ਕਿਤੇ ਭੱਜਾ ਫਿਰਦਾ ਕੋਈ ਕਿਤੇ ਭੱਜਾ ਫਿਰਦਾ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਲਿੰਕ ਕਰਕੇ ਗਲਮੜੀ ਜਾ ਰਹੀ ਹੈ ਤੋ ਇਹ ਦੋਨੋਂ ਚੀਜ਼ਾਂ ਤੇ ਅੱਜ ਅਸੀਂ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਆਏ ਹਾਂ ਰਾਜੇਵਾਲ ਜੀ ਨੇ ਕਿਹਾ ਕਿ ਅੱਜ ਮੀਟਿੰਗ ਜਿਹੜੀ ਹੈਗੀ ਕਰਨ ਆਏ ਹਾਂ ਪੂਰੀ ਲੀਡਰਸ਼ਿਪ ਪਹੁੰਚੀ ਹੈ ਅਗਲੀ ਰਣਨੀਤੀ ਜਿਹੜੀ ਹੈਗੀ ਤਿਆਰ ਕੀਤੀ ਸਾਡੀਆਂ ਜਿਹੜੀਆਂ 32 ਜਥੇਬੰਦੀਆਂ ਨੇ ਇੱਕ ਲੀਡਰ ਅਸੀਂ ਇੱਥੇ ਸੱਦਿਆ ਕੋਈ ਅਸੀਂ ਵੱਡੀ ਰੈਲੀ ਜਾਂ ਇਕੱਠ ਜਾਂ ਧਰਨੇ ਵਾਲੀ ਨਹੀਂ ਕੀਤਾ ਸਾਨੂੰ ਅਸੀਂ ਤਾਂ ਕਹਿੰਦੇ ਸਰਕਾਰ ਸਾਨੂੰ ਦੱਸੇ ਆ ਕੇ CM ਸਾਨੂੰ ਮਿਲੇ CM ਮਿਲ ਕੇ ਆ ਕੇ ਸਾਨੂੰ ਦੱਸੇ ਵੀ ਕਦੋਂ ਖਰੀਦ ਸ਼ੁਰੂ ਕਰਨੀ ਆ ਕਿਉਂਕਿ 7-8 ਦਿਨ ਤਾਂ ਅੱਗੇ ਲੇਟ ਹੋ ਗਈ ਖਰੀਦ ਕੋਈ ਪ੍ਰਬੰਧ ਨਹੀਂ ਹੈਗਾ ਜੇ ਇਹਨਾਂ ਦਾ ਅਜੇ ਲੇਬਰਾਂ ਨਾਲ ਮੀਟਿੰਗਾਂ ਕਰ ਰਹੇ ਆ ਅਜੇ ਆੜ੍ਹਤੀਆਂ ਨਾਲ ਮੀਟਿੰਗਾਂ ਕਰ ਰਹੇ ਨੇ ਤੇ ਇਹਦੀ ਜ਼ਿੰਮੇਵਾਰੀ ਕਿਹਦੀ ਆ DAP ਜਿਹੜਾ ਲੇਟ ਹੋ ਰਿਹਾ ਉਹ ਕਿੱਥੇ ਆ ਉਹ ਕਦੋਂ ਆਉਣਾ ਉਹਦੀ ਜ਼ਿੰਮੇਵਾਰੀ ਕਿਹਦੀ ਆ ਇਹ ਸਰਕਾਰ ਨੇ ਗਾਉਂ ਪ੍ਰਬੰਧ ਨਹੀਂ ਕੀਤੇ ਮਹੀਨਾ ਪਹਿਲਾਂ ਪ੍ਰਬੰਧ ਕਰਨੇ ਬਣਦੇ ਸੀ ਉਹਦੇ ਨਾਲ ਇੱਕ ਵੱਡਾ ਨੁਕਸਾਨ ਸਾਡਾ ਹੋ ਰਿਹਾ ਪਿਛਲੇ ਦਿਨ ਹੀ ਮੌਸਮ ਖਰਾਬ ਹੋਇਆ ਉਹ ਗੜੇ ਪਏ ਆ ਸਾਡਾ ਨੁਕਸਾਨ ਹੋਇਆ ਆਉਣ ਵਾਲੇ ਦਿਨਾਂ 'ਚ ਫਿਰ 9 ਤਰੀਕ ਨੂੰ ਦੱਸਿਆ ਹੋਇਆ ਵੀ ਮੌਸਮ ਖਰਾਬ ਹੋਣਾ ਜੇ ਕੋਈ ਇਹੋ ਜਿਹੀ ਗੱਲ ਹੋ ਗਈ ਤਾਂ ਜ਼ਿੰਮੇਵਾਰੀ ਕੌਣ ਅੱਗੇ ਸਾਨੂੰ ਗੜੇਮਾਰੀ ਦੇ ਅੱਗੇ ਹੜ੍ਹਾਂ ਦੇ ਪੈਸੇ ਵੀ ਇਹਨਾਂ ਸਰਕਾਰਾਂ ਨੇ ਨਹੀਂ ਦਿੱਤੇ ਜਿਵੇਂ ਸਰਕਾਰ ਕਹਿੰਦੀ ਸੀ ਮੈਂ ਹਰ ਨੁਕਸਾਨ ਦਾ ਪੈਸਾ ਦਊਂਗੀ ਅੱਜ ਅਸੀਂ ਉਹੀ ਪੁੱਛਣ ਆਏ ਹਾਂ
ਤੇ ਜਾਂ ਸਾਨੂੰ ਬੁਲਾ ਕੇ ਦੱਸਣ ਵੀ ਇਹ ਕਦੋਂ ਇਸ ਖਰੀਦ ਅੰਦਰ ਕੋਈ ਮੈਸੇਜ ਆਇਆ, ਕਿਉਂਕਿ ਆੜਤੀਆਂ ਦੀ ਵੀ ਮੀਟਿੰਗ ਜਿਹੜੀ ਹੈ ਪਿਛਲੇ ਦਿਨਾਂ ਕੀਤੀ ਗਈ ਹੈ, ਹੋਰ ਵੀ ਜਿਹੜੀ ਕਿਸਾਨ ਜਥੇਬੰਦੀ ਹੈ ਉਹ ਵੀ ਪਿੱਛੇ ਆਈ ਸੀਗੀ ਮੀਟਿੰਗ ਕਰਨ ਵਾਸਤੇ, ਕਿਸ ਤਰ੍ਹਾਂ ਦੀ ਕੋਈ ਗੱਲਬਾਤ? ਸਾਡਾ 11 ਵਜੇ ਦਾ ਟਾਈਮ ਆ, ਅਸੀਂ 11 ਵਜੇ ਤੱਕ ਉਡੀਕਾਂਗੇ ਜੇ 15 ਮਿੰਟ ਰਹਿੰਦੇ, ਸਾਡੇ ਕੁਛ ਲੀਡਰ ਸਾਹਿਬਾਨ ਵੀ ਆਉਣੇ ਬਾਕੀ ਆ ਤੇ ਅਸੀਂ ਮੈਸੇਜ ਲਾ ਦਿੱਤਾ ਤੇ 11:15 ਫਿਰ ਅਸੀਂ ਅਗਲੇ ਐਕਸ਼ਨ ਦੀ ਜਿਹੜੀ ਆ ਗੱਲ ਕਰਾਂਗੇ। ਤੇ ਬਿਲਕੁਲ ਅੱਜ ਜਿਹੜੀ ਕਿਸਾਨ ਲੀਡਰਸ਼ਿਪ ਹੈ ਉਹ ਇੱਥੇ ਪਹੁੰਚੀ ਹੋਈ ਹੈ ਤੇ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਕਈ ਚੀਜ਼ਾਂ ਨੇ ਕਿਸ ਤਰ੍ਹਾਂ ਕਿਸਾਨਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਜਿਸ ਨੂੰ ਲੈ ਕੇ ਅੱਜ ਪਹਿਲਾਂ ਵੀ ਜਿਹੜੀ ਗੱਲਬਾਤ ਕੀਤੀ ਗਈ ਸੀ, ਲੇਕਿਨ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਹੱਲ ਨਹੀਂ ਨਿਕਲਿਆ, ਜਿਸ ਨੂੰ ਲੈ ਕੇ ਜਿਹੜੀ ਪਹਿਲਾਂ ਵੀ ਮੀਟਿੰਗਸ ਕੀਤੀ ਗਈ ਹੈ, ਲੇਕਿਨ ਹੁਣ 1 ਤਰੀਕ ਤੋਂ ਜਿਹੜੀ ਸਾਰੀ ਅਰੇਂਜਮੈਂਟਸ ਕਰ ਦਿੱਤੀ ਜਾਂਦੀ ਹੈ, ਲੇਕਿਨ ਕਿਸੇ ਵੀ ਤਰ੍ਹਾਂ ਦਾ ਅਰੇਂਜਮੈਂਟ ਜਿਹੜਾ ਉਹ ਨਹੀਂ ਕੀਤਾ ਗਿਆ, ਜਿਸ ਨੂੰ ਲੈ ਕੇ ਕਾਫੀ ਨੁਕਸਾਨ ਜਿਹੜਾ ਉਹ ਕਿਸਾਨਾਂ ਦਾ ਹੋ ਰਿਹਾ। ਹਾਲਾਂਕਿ ਦੂਜੇ ਪਾਸੇ ਪੁਲਿਸ ਦੀ ਇੱਥੇ ਪੂਰੀ ਬੈਰੀਕੇਟਿੰਗ ਕਰ ਦਿੱਤੀ ਗਈ ਹੈ, ਹਾਲਾਂਕਿ ਫਿਲਹਾਲ ਕਿਸੇ ਵੀ ਤਰ੍ਹਾਂ ਅੰਦਰ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ, ਇਹ ਬਹੁਤ ਕਲੀਅਰ। ਹਾਲਾਂਕਿ 11 ਵਜੇ ਦਾ ਸਮਾਂ, ਹੁਣ ਦੇਖਣਾ ਹੋਵੇਗਾ ਕਿ ਮੀਟਿੰਗ ਲਈ ਸੱਦਿਆ ਜਾਂਦਾ, ਇਹਨਾਂ ਨੂੰ ਮੀਟਿੰਗ ਕੀਤੀ ਜਾਂਦੀ ਹੈ ਨਹੀਂ ਕੀਤੀ ਜਾਂਦੀ, ਉਸ ਤੋਂ ਬਾਅਦ ਅਗਲੀ ਰਣਨੀਤੀ ਜਿਹੜੀ ਹੈ ਉਹ ਤੈਅ ਕਰਨਗੇ। ਇਹ ਗੱਲ ਜਿਹੜੀ ਹੈ ਕਿਸਾਨ ਲੀਡਰ ਕਰਦੇ ਨਜ਼ਰ ਆ ਰਹੇ, ਜਿਹਦੇ ਵਿੱਚ ਲੱਖੋਵਾਲ ਪਹੁੰਚੇ ਨੇ, ਰਾਜੇਵਾਲ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਦੂਜੇ ਪਾਸੇ ਲਾਅ ਐਂਡ ਆਰਡਰ ਨੂੰ ਵੇਖਦੇ ਹੋਏ ਚੰਡੀਗੜ੍ਹ ਪੁਲਿਸ ਵੀ ਇੱਥੇ ਮੌਜੂਦ ਹੈ, ਕਿਉਂਕਿ ਇਹਦੇ ਵਿੱਚ ਬਹੁਤ ਅਹਿਮ ਹੋ ਜਾਂਦਾ ਕਿ ਕਿਸੇ ਤਰ੍ਹਾਂ ਦੀ ਕੋਈ ਰੈਲੀ ਨਹੀਂ ਕੱਢੀ ਜਾ ਰਹੀ। ਜਿਹੜਾ ਇਹਨਾਂ ਵੱਲੋਂ ਕਿਹਾ ਗਿਆ ਕਿ ਸਿਰਫ ਜਿਹੜੀ 32 ਕਿਸਾਨ ਜਥੇਬੰਦੀ ਹੈ ਉਹਨਾਂ ਦੇ ਹੀ ਲੀਡਰ ਇੱਥੇ ਪਹੁੰਚੇ ਨੇ, ਕਿਸਾਨ ਜਥੇਬੰਦੀ ਦੇ ਜਿਹੜੇ ਲੀਡਰ ਇਸ ਤੇ ਪਹੁੰਚੇ ਹੋਏ ਨੇ, ਤੇ ਪੂਰਾ ਲਾਅ ਐਂਡ ਆਰਡਰ ਨੂੰ ਵੇਖਦੇ ਹੋਏ ਵੀ ਤੁਸੀਂ ਦੇਖੋ ਕਿ ਪੂਰੀ ਬੈਰੀਕੇਟਿੰਗ ਕਰ ਦਿੱਤੀ ਗਈ ਹੈ, ਔਰ ਇਸ ਤੋਂ ਅੱਗੇ ਕਿਸੇ ਨੂੰ ਵੀ ਜਾਣ ਦੀ ਜਿਹੜੀ ਪਰਮਿਸ਼ਨ ਹੈ ਉਹ ਨਹੀਂ ਦਿੱਤੀ ਗਈ ਹੈ। ਜਿਹੜੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿਹੜੇ ਸੀਨੀਅਰ ਅਫਸਰ ਹੈ ਉਹ ਵੀ ਇੱਥੇ ਮੌਜੂਦ ਹੈ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲਾਂਗੇ। ਸਰ, ਲਾਅ ਐਂਡ ਆਰਡਰ ਨੂੰ ਵੇਖਦੇ ਹੋਏ ਕਿਸ ਤਰ੍ਹਾਂ ਦੀ ਜਿਹੜੀ ਪੁਲਿਸ ਵੱਲੋਂ ਜਿਹੜੀ ਅਰੇਂਜਮੈਂਟ ਕੀਤੇ ਗਏ? ਸਾਡੇ ਵੱਲੋਂ, ਸਾਡੇ ਡਿਪਾਰਟਮੈਂਟ ਵੱਲੋਂ SSP ਸਾਹਿਬ ਵੱਲੋਂ ਡਿਟੇਲ ਪ੍ਰੋਗਰਾਮ ਕੱਢਿਆ ਹੋਇਆ ਲਾਅ ਐਂਡ ਆਰਡਰ ਦਾ, ਤੇ ਇਹੀ ਹਦਾਇਤ ਆਪਾਂ ਇਹਨਾਂ ਦੀ ਨੈਗੋਸ਼ੀਏਸ਼ਨ ਕਰਕੇ ਇਹਨਾਂ ਦਾ ਮੈਮੋਰੈਂਡਮ ਇਹਨਾਂ ਨੇ ਦੇਣਾ ਹੈਗਾ, ਮੈਮੋਰੈਂਡਮ ਅੰਦਰ ਦਵਾ ਦਾਂਗੇ ਜੀ। ਤੇ ਅਭੀ ਹਜੇ ਤੱਕ ਇਹਨਾਂ ਨੂੰ ਜਾਣ ਦੀ ਅੱਗੇ ਪਰਮਿਸ਼ਨ ਜਿਹੜੀ ਨਹੀਂ, ਅੱਗੇ ਤਾਂ ਨਹੀਂ ਜਾਣਦਾ ਮੈਂ, ਕਿਉਂਕਿ ਇੱਥੇ ਤੱਕ ਇਹਨਾਂ ਨੂੰ ਇੱਥੇ ਹੀ ਆਏ ਆ ਸਿੱਧਾ ਡਾਇਰੈਕਟਲੀ, ਇਹਨਾਂ ਦੀ ਕਾਲ ਇੱਥੇ ਦੀ ਸੀਗੀ। ਠੀਕ ਹੈ। ਤੇ ਅੱਗੇ ਤਾਂ ਹਲੇ ਤੱਕ ਇਹਨਾਂ ਨੇ ਮੀਡੀਆ ਨੂੰ ਵੀ ਜਿਹੜੇ ਮਿਲ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਅਸੀਂ ਅੰਦਰ ਮੈਸੇਜ ਲਾਤਾ ਹੈਗਾ, ਜੋ ਵੀ ਅੰਦਰੋਂ ਮੈਸੇਜ ਆਏਗਾ ਉਹਦੇ ਹਿਸਾਬ ਨਾਲ ਅਸੀਂ ਇਹਨਾਂ ਨੂੰ ਮਿਲਾ ਦਾਂਗੇ। ਠੀਕ ਹੈ। ਤੇ ਬਿਲਕੁਲ ਲਾਅ ਐਂਡ ਆਰਡਰ ਨੂੰ ਵੇਖਦੇ ਹੋਏ ਪੂਰੇ ਅਰੇਂਜਮੈਂਟ ਜਿਹੜੇ ਕਿ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਕੀਤੇ ਗਏ ਨੇ, ਤੇ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਜਿਹੜੇ ਗੱਲਬਾਤ ਕੀਤੀ ਗਈ ਸੀ, ਔਰ ਹੋਰ ਸਾਰੇ ਲੀਡਰ ਇੱਥੇ ਪਹੁੰਚ ਚੁੱਕੇ ਨੇ, ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੱਲਬਾਤ ਕਰਾਂਗੇ, ਅਸੀਂ ਪੂਰਾ ਜਿਹੜੀ ਵੀ ਚੀਜ਼ਾਂ ਨੇ ਉਹਦੇ ਮੱਦੇਨਜ਼ਰ ਜਿਹੜਾ ਹੈਗਾ, ਕਿਹੜੇ ਵੀ ਪ੍ਰੋਬਲਮਸ ਆ ਰਹੇ ਨੇ, ਜਿਹੜੇ ਵੀ ਇਸ਼ੂਜ਼ ਆ ਰਹੇ ਨੇ, ਉਸ ਨੂੰ ਵੇਖਦੇ ਹੋਏ ਸਾਰੇ ਕੀਤੇ ਜਾ ਰਹੇ ਨੇ। ਹਰਮੀਤ ਕਾਦਿਆਂ ਵੀ ਸਾਡੇ ਨਾਲ ਨੇ, ਰਵਨੀਤ ਜੀ ਨੇ, ਕਦੇ ਸਾਹਿਬ, ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੀ ਵੀ ਪ੍ਰੋਬਲਮਸ ਆ ਰਹੀਆਂ ਕਿਸਾਨਾਂ ਨੂੰ, ਚਾਹੇ ਉਹ ਜਿਹੜੀ ਮੰਡੀ 'ਚ ਲਿਫਟਿੰਗ ਨਹੀਂ ਹੋਈ ਜਾਂ TAP ਦਾ ਜਿਹੜਾ ਮੁੱਦਾ ਹੈ, ਕਿਸ ਤਰ੍ਹਾਂ ਵੇ? ਲਿਫਟਿੰਗ ਨਹੀਂ ਜੀ, ਪਰਚੇਜ਼ ਹੀ ਨਹੀਂ ਹੋਈ ਹਾਲ ਤੱਕ। 1 ਤਰੀਕ ਨੂੰ ਜਿਹੜੀ ਸਰਕਾਰ ਕਹਿ ਰਹੀ ਸੀ ਸਾਡੀ ਪੂਰੀ ਤਿਆਰੀ ਹੈ, ਅਸੀਂ ਇੱਕ ਦਾਣਾ ਚੱਕਾਂਗੇ, ਉਹ 1 ਤਰੀਕ ਤੋਂ ਲੈ ਕੇ ਅੱਜ 7 ਤਰੀਕ ਹੋ ਗਈ ਹੈ, 1 ਟਾਈਮ ਵੀ ਪਰਚੇਜ਼ ਨਹੀਂ ਹੋਈ। ਆੜਤੀ ਐਸੋਸੀਏਸ਼ਨ ਵੀ ਇਸ ਟਾਈਮ ਸਟ੍ਰਾਈਕ 'ਤੇ ਹੈ, ਸ਼ੈਲਰ ਮਾਲਕ ਵੀ ਸਟ੍ਰਾਈਕ 'ਤੇ, ਲੇਬਰ ਵੀ ਸਟ੍ਰਾਈਕ 'ਤੇ। ਉਹਨਾਂ ਵੀ ਮੀਟਿੰਗ ਜਿਹੜੀ ਆੜਤੀਆਂ ਦੀ ਮੀਟਿੰਗ ਹੋਈ ਹੈ, ਸ਼ੈਲਰ ਦੀ ਵੀ ਜਿਹੜੀ ਮੀਟਿੰਗ ਹੋਣ ਵਾਲੀ, ਉਹ ਤਾਂ ਇੱਦਾਂ ਦੀ ਗੱਲ ਹੈ ਨਾ, ਜਿਵੇਂ ਮੂਹਰੇ ਆਈ ਜਨ ਬਿੰਨੋ ਕੁੜੀ ਦੇ ਕੰਨ, ਵੀ ਹੁਣ ਆ ਕੇ ਕਰਨੀ, ਜਿਹੜਾ ਕੰਮ 1.5 ਮਹੀਨੇ ਪਹਿਲਾਂ ਕਰਨ ਵਾਲਾ ਸੀ ਤਿਆਰੀ, ਉਹਨਾਂ ਨੇ ਗੱਲ ਕਰਨਾ ਸੀ ਉਹ ਹੁਣ ਕੀਤੀਆਂ ਜਾ ਰਹੀਆਂ ਨੇ। ਇਸ ਕਰਕੇ ਇਹ ਅੱਜ ਨਰਾਸ਼ਕੀ ਆ ਕਿਸਾਨਾਂ ਦੇ ਵਿੱਚ, ਬਹੁਤ ਜ਼ਿਆਦਾ ਮੰਡੀਆਂ ਦੇ ਵਿੱਚ ਭਰਕੀਆਂ ਨੇ, ਕਰਤਾਰਪੁਰ ਮੰਡੀ ਵੀ ਭਰੀ ਹੋਈ ਆ, ਹੁਸ਼ਿਆਰਪੁਰ ਵੀ ਭਰੀ ਹੋਈ ਆ, ਨਕੋਦਰ ਵੀ ਭਰੀ ਹੋਈ ਆ, ਮਾਛੀਵਾੜਾ ਵੀ ਭਰੀ ਹੋਈ ਆ, ਸਮਰਾਲਾ ਵੀ ਭਰੀ ਹੋਈ ਆ, ਕੰਨਾ ਵੀ ਭਰ ਰਹੀ ਹੈ, ਅਤੇ ਬਹੁਤ ਲੋਕ ਹਾਲੇ ਝੋਨਾ ਕੱਟ ਨਹੀਂ ਰਹੇ ਅਤੇ ਪੱਕਿਆ ਖੜਾ। ਮਾਨਯੋਗ CM ਸਾਹਿਬ ਦੇ ਕਹਿਣ 'ਤੇ 126 ਲਾਈ ਸੀ ਲੋਕਾਂ ਨੇ ਸ਼ੋਰਟ ਟਰਮ ਵਰਾਇਟੀਜ਼ ਪਾਣੀ ਬਚਾਉਣ ਨੂੰ, ਅਤੇ ਹੁਣ ਰਾਈਪਿੰਗ ਸਟੇਜ 'ਤੇ ਨੇ, ਹੁਣ ਸੰਭਾਲਣ ਫਿਰ ਇਹ ਪੂਰਾ ਜਿਹੜੀ 32 ਜਥੇਬੰਦੀ ਸੀ, ਲੀਡਰ ਸਾਹਿਬਾਨ ਪਹੁੰਚੇ ਨੇ ਇੱਥੇ? ਹਾਂਜੀ, ਹਾਲੇ ਦੀ ਤਾਂ ਸਨਮਾਨ ਪਹੁੰਚੇ ਨੇ, ਹਾਲੇ ਸਿਰਫ ਇਹਨਾਂ ਨਾਲ ਟੇਬਲ ਟਾਕ ਹੀ ਕਰਨ ਵਾਸਤੇ ਅਸੀਂ ਆਏ ਹਾਂ, ਵੀ ਸਾਡੇ ਨਾਲ ਗੱਲ ਤਾਂ ਕਰ ਲਓ, ਵੀ ਕਿਉਂ ਨਹੀਂ ਚੱਕ ਰਹੇ ਕਿਸਾਨਾਂ ਦਾ ਦਰਦ, ਕਿਉਂ ਨਹੀਂ ਪੁੱਛ ਰਹੇ, ਕਿਉਂਕਿ ਕਿਸਾਨਾਂ ਨਾਲ ਹੁਣ ਪ੍ਰੈਸ਼ਰ ਇੰਨਾ ਵੱਧ ਰਿਹਾ ਵੀ ਸਰਕਾਰ ਬਿਲਕੁਲ ਤਰ੍ਹਾਂ ਦਾ ਫੇਲ ਹੋ ਚੁੱਕੀ ਹੈ। ਠੀਕ ਹੈ।